ਹੈਲੋ ਸਤਿ ਸ਼੍ਰੀ ਅਕਾਲ ਜੀ ਅੱਜ ਇਸ ਵੀਡੀਓ ਵਿੱਚ ਆਪਾਂ ਟਰਬਲ ਸ਼ੂਟਿੰਗ ਕਰਾਂਗੇ ਕਈ ਵਾਰੀ ਸਾਨੂੰ ਇਸ਼ੂ ਆਉਣ ਲੱਗ ਜਾਂਦਾ ਹੈ ਕਿ ਅਸੀਂ ਸਟ੍ਰੀਮਯਾਰਡ 'ਚ ਜੁਆਇਨ ਤਾਂ ਕਰ ਜਾਂਦੇ ਹਾਂ ਪਰ ਸਾਡਾ ਮਾਈਕ ਅਤੇ ਕੈਮਰਾ ਨਹੀਂ ਚੱਲਦਾ ਤਾਂ ਉਹ ਕਿਵੇਂ ਕਰਨਾ ਹੈ ਅੱਜ ਤੁਹਾਨੂੰ ਮੈਂ ਇਸ ਵੀਡੀਓ ਵਿੱਚ ਸਿਖਾਵਾਂਗਾ ਕਿ ਕਿਵੇਂ ਅਸੀਂ streamyard.com ویب سائٹ ਉੱਪਰ ਲਾਈਵ ਸਟ੍ਰੀਮਿੰਗ ਦੇ ਅੰਦਰ ਲਾਈਵ ਇੰਟਰਵਿਊ ਵਿੱਚ ਲਾਈਵ ਵੀਡੀਓ ਦੇ ਵਿੱਚ ਲਾਈਵ ਪ੍ਰੋਗਰਾਮ ਦੇ ਵਿੱਚ ਐਜ਼ ਅ ਗੈਸਟ ਜੁਆਇਨ ਕਰਨਾ ਹੁਣ ਸਾਨੂੰ ਹੋਸਟ ਵੱਲੋਂ ਪ੍ਰੋਗਰਾਮ ਦੇ ਆਰਗੇਨਾਈਜ਼ਰਸ ਵੱਲੋਂ ਇੱਕ ਲਿੰਕ ਰਿਸੀਵ ਹੁੰਦਾ ਜਿਵੇਂ ਕਿ ਤੁਸੀਂ ਆ ਸਕਰੀਨ ਤੇ ਦੇਖ ਰਹੇ ਹੋ ਮੈਨੂੰ ਇਹ ਲਿੰਕ ਮਿਲਿਆ ਤੇ ਮੈਂ ਇਸ ਲਿੰਕ ਉੱਪਰ ਕਲਿੱਕ ਕਰਤਾ ਜਦੋਂ ਮੈਂ ਇਸ ਲਿੰਕ ਉੱਪਰ ਕਲਿੱਕ ਕਰਦਾ ਤਾਂ ਸਾਨੂੰ ਇਹ ਸਕਰੀਨ ਸ਼ੋ ਹੋ ਜਾਂਦੀ ਹੈ ਯੂ ਆਰ ਐਂਟਰੀਂਗ ਅ ਬ੍ਰਾਡਕਾਸਟ ਸਟੂਡੀਓ ਨੈਕਸਟ ਜੋ ਸਾਨੂੰ ਸਕਰੀਨ ਸ਼ੋ ਹੋਵੇਗੀ ਉਹ ਹੋਊਗੀ ਕਿ ਤੁਸੀਂ YouTube ਰਾਹੀਂ ਜੁੜਨਾ ਚਾਹੋਗੇ ਕਿ Facebook ਰਾਹੀਂ ਇਹ ਕੀ ਹੈ ਕਿ ਤੁਹਾਨੂੰ অথেন্টিਕੇਸ਼ਨ ਦਾ ਮੈਥਡ ਤੁਹਾਨੂੰ ਸੌਫਟਵੇਅਰ অথেন্টিਕੇਟ ਕਰਦਾ ਹੈ ਰੈਕੋਗਨਾਈਜ਼ ਕਰਦਾ ਹੈ ਤਾਂ ਆਪਾਂ ਇੱਥੇ ਕੰਟੀਨਿਊ ਵਿਦ YouTube ਵੀ ਕਰ ਸਕਦੇ ਹਾਂ ਕੰਟੀਨਿਊ ਵਿਦ ਫੇਸਬੁੱਕ ਵੀ ਕਰ ਸਕਦੇ ਆ ਤਾਂ ਤੁਹਾਨੂੰ ਜਿਸ ਚੀਜ਼ ਦੇ ਅਕਾਊਂਟ ਤੇ ਪਾਸਵਰਡ ਦਾ ਪਤਾ ਹੈ ਯੂਜ਼ਰ ਨੇਮ ਪਾਸਵਰਡ ਦਾ ਪਤਾ ਹੈ ਉਹਨੂੰ ਤੁਸੀਂ ਚੂਜ਼ ਕਰ ਲੋਗੇ ਓਕੇ ਜੇ ਤੁਹਾਡੇ ਆਲਰੇਡੀ ਇਸ ਫੋਨ ਵਿੱਚ ਚੀਜ਼ਾਂ ਲੌਗਇਨ ਨੇ ਚੱਲ ਰਹੀ ਹੈ ਫੇਸਬੁੱਕ YouTube ਚੱਲ ਰਹੀ ਹੈ ਤਾਂ ਤੁਹਾਨੂੰ ਸ਼ਾਇਦ ਪਾਸਵਰਡ ਦੀ ਲੋੜ ਨਾ ਪਵੇ ਆਪਾਂ ਇੱਥੇ ਕੰਟੀਨਿਊ ਵਿਦ YouTube ਕਰਤਾ ਓਕੇ ਸਾਨੂੰ ਤੁਹਾਡਾ YouTube ਅਕਾਊਂਟ ਆ ਜਾਊਗਾ ਜਿਹੜੀ ਈਮੇਲ ਆਹੀ ਤੁਸੀਂ YouTube ਚਲਾ ਰਹੇ ਹੋ ਸ਼ੋ ਹੋ ਜੂਗੀ ਆਪ ਉਸ ਤੋਂ ਆਪਾ ਕਲਿੱਕ ਕਰ ਦਾਂਗੇ ਉਹਦੇ ਉੱਪਰ ਓਕੇ ਤਾਂ ਨੈਕਸਟ ਸਕਰੀਨ ਸਾਨੂੰ ਆ ਜੂਗੀ ਯੂ ਆਰ ਇੰਟਰਿੰਗ ਏ ਬ੍ਰਾਡਕਾਸਟ ਸਟੂਡੀਓ ਇੱਥੇ ਆ ਜੂਗਾ ਕੰਟੀਨਿਊ ਵਿਦ ਏ ਕੰਟੀਨਿਊ ਐਸ ਏ ਅਮਰਿੰਦਰ ਗੇਟਵੇ ਜੋ ਤੁਹਾਡਾ ਉਸ ਈਮੇਲ ਵਿੱਚ ਨਾਮ ਰਜਿਸਟਰਡ ਆ ਉਹ ਸ਼ੋ ਹੋ ਜੂਗਾ ਆਪਾਂ ਇਹਦੇ ਉੱਤੇ ਕਲਿੱਕ ਕਰ ਦਾਂਗੇ ਹੁਣ ਸਾਨੂੰ 에ਰਰ ਸ਼ੋ ਹੋਈ ਕਿ ਯੂਰ ਦਾ ਬ੍ਰਾਊਜ਼ਰ ਹੈਜ਼ ਬਲੌਕਡ ਯੂਰ ਮਾਈਕ ਐਂਡ ਕੈਮਰਾ ਤਾਂ ਤੁਸੀਂ ਇੱਥੇ ਕੀ ਕਰੋਗੇ ਜੁਆਇਨ ਕਰ ਜਾਓਗੇ ਜੁਆਇਨ ਵਿਦਆਊਟ ਮਾਈਕ ਕੈਮਰਾ ਓਕੇ ਤਾਂ ਆਪਾਂ ਨੇ ਕਲਿੱਕ ਕਰਤਾ ਫਿਰ ਆਪਾਂ ਇੰਟਰ ਵਿਦਆਊਟ ਮਾਈਕ ਔਰ ਕੈਮਰਾ ਕਰ ਦਾਂਗੇ ਤਾਂ ਅਸੀਂ ਜਦੋਂ ਹੁਣ ਸਟੂਡੀਓ ਚ ਇੰਟਰ ਕਰ ਗਏ ਬਟ ਨਾ ਸਾਨੂੰ ਇੱਥੇ ਸਾਡੀ ਵੀਡੀਓ ਸ਼ੋ ਹੋ ਰਹੀ ਆ ਇੱਥੇ ਸਾਡਾ ਮਾਈਕ ਬਲੌਕ ਆ ਜੇ ਅਸੀਂ ਇਹਨੂੰ ਅਨਮਿਊਟਡ ਆਪਾਂ ਇਹਨੂੰ ਅਨਮਿਊਟ ਕਰਦੇ ਆ ਤਾਂ ਨਹੀਂ ਹੋ ਰਿਹਾ ਕੈਮਰਾ ਬਲੌਕ ਆ ਨਹੀਂ ਚੱਲ ਰਿਹਾ ਤੁਹਾਨੂੰ ਉੱਪਰ ਮੈਸੇਜ ਸ਼ੋ ਹੋ ਰਿਹਾ ਕਿ ਯੂਅਰ ਬ੍ਰਾਊਜ਼ਰ ਹੈਜ਼ ਬਲੌਕਡ ਯੂਅਰ ਮਾਈਕ ਐਂਡ ਕੈਮਰਾ ਠੀਕ ਐਡਿਟ ਯੂਅਰ ਬ੍ਰਾਊਜ਼ਰ ਸੈਟਿੰਗਸ ਟੂ ਅਲਾਉ ਸਟ੍ਰੀਮਯਾ ਟੂ ਐਕਸੈਸ ਯੂਅਰ ਮਾਈਕ ਅਬਲਿਕ ਕੈਮਰਾ ਤਾਂ ਅਸੀਂ ਇੱਥੇ ਕੀ ਕਰਨਾ ਹੈ ਜਿਹੜੀਆਂ ਸਾਨੂੰ ਇਹ ਟਾਪ ਤੇ ਬਿਲਕੁਲ ਤਿੰਨ ਡਾਟਸ ਸ਼ੋ ਹੋ ਰਹੀਆਂ ਨੇ ਆਪਾਂ ਇੱਥੇ ਕਲਿੱਕ ਕਰਾਂਗੇ ਓਕੇ ਕਲਿੱਕ ਕਰਨ ਤੋਂ ਬਾਅਦ ਅਸੀਂ ਨੀਚੇ ਸਕਰੋਲ ਕਰਾਂਗੇ ਤੇ ਆ ਸੈਟਿੰਗਸ ਨੂੰ ਓਪਨ ਕਰ ਲਾਂਗੇ ਠੀਕ ਜੀ ਸੈਟਿੰਗਸ ਨੂੰ ਓਪਨ ਕਰਨ ਤੋਂ ਬਾਅਦ ਅਸੀਂ ਇੱਥੇ ਆ ਜਾਾਂਗੇ ਆ ਸਾਈਟ ਸੈਟਿੰਗਸ ਤੇ ਇਹ ਜਗ੍ਹਾ ਤੇ ਆਪਾਂ ਸਾਈਟ ਸੈਟਿੰਗਸ ਤੇ ਕਲਿੱਕ ਕਰਾਂਗੇ ਓਕੇ ਇੱਥੋਂ ਤੁਹਾਡਾ ਕੈਮਰਾ ਸ਼ੋ ਹੋ ਰਿਹਾ ਦੇਖੋ ਇੱਥੇ ਕਲਿੱਕ ਕਰਤਾ ਸੀ ਤਾਂ ਸਾਨੂੰ ਇੱਥੇ ਸਾਡੀ ਵੈਬਸਾਈਟ ਦਾ ਨਾਮ ਆ ਗਿਆ ਸਟ੍ਰੀਮਯਾਰਡ ਆਪਾਂ ਇਹਦੇ ਉੱਤੇ ਕਲਿੱਕ ਕਰ ਦਾਂਗੇ ਕਰੰਟ ਬ੍ਰਾਊਜ਼ਰ ਨੇ Google ਨੇ Chrome ਨੇ ਸਾਡਾ ਕੈਮਰਾ ਇਸ ਵੈਬਸਾਈਟ ਲਈ ਬਲਾਕ ਕੀਤਾ ਹੋਇਆ ਆਪਾਂ ਅਲਾਉ ਤੇ ਕਲਿੱਕ ਕਰ ਦਾਂਗੇ ਓਕੇ ਤੇ ਇੱਥੋਂ ਬੈਕ ਚਲੇ ਜਾਾਂਗੇ ਇਸੇ ਤਰ੍ਹਾਂ ਸੀ ਮਾਈਕ ਤੇ ਕਲਿੱਕ ਕਰਾਂਗੇ ਵੈਬਸਾਈਟ ਦੇ ਨਾਮ ਤੇ ਕਲਿੱਕ ਕਰਾਂਗੇ ਫਿਰ ਅਲਾਉ ਤੇ ਕਲਿੱਕ ਕਰ ਦਾਂ ਹੁਣ ਜਦੋਂ ਅਸੀਂ ਬਾਬਾ ਪਹੁੰਚਾਂਗੇ ਇੱਥੇ ਦਾ ਸਾਡਾ ਉਤਰੋਂ ਅਲਾਉ ਹੋ ਚੁੱਕਿਆ ਬਟ ਇੱਥੇ ਕੁਝ ਨਹੀਂ ਸ਼ੋ ਹੋ ਰਿਹਾ ਤਾਂ ਤੁਸੀਂ ਮਾਈਕ ਤੇ ਕਰ ਦੋਗੇ ਤੁਹਾਡਾ ਮਾਈਕ ਅਨ ਮਿਊਟ ਹੋ ਜਾਊਗਾ ਤੁਸੀਂ ਕੈਮ ਤੇ ਕਲਿੱਕ ਕਰ ਦੋਗੇ ਵੈਬਕੈਮ ਵਾਲੇ ਆਪ ਤੇ ਤਾਂ ਤੁਹਾਡਾ ਵੈਬਕੈਮ ਕੀ ਹੈ ਅਲਾਉ ਹੋ ਜਾਊਗਾ ਤਾਂ ਹੁਣ ਤੁਸੀਂ ਮੇਰੀ ਵੀਡੀਓ ਦੇਖ ਰਹੇ ਹੋ ਛੋਟੀ ਜਿਹੀ ਸ਼ੋ ਹੋਣ ਲੱਗ ਗਈ ਹੈ ਤਾਂ ਇਸ ਦਾ ਮਤਲਬ ਕੀ ਹੈ ਕਿ ਮੈਂ ਹੁਣ ਮਾਈਕ ਅਤੇ ਕੈਮਰੇ ਦੇ ਅਕਸੈਸ ਦੇ ਨਾਲ रेडी टू जॉइन ਬੈਠਾ ਬ੍ਰਾਡਕਾਸਟ ਲਈ ਹੁਣ ਹੋਸਟ ਆਪਾਂ ਨੂੰ ਕਦੇ ਜਦ ਜਦ ਰਿਕੁਆਇਰਡ ਹੋਊਗਾ ਜਦੋਂ ਸਾਡਾ ਟਾਈਮ ਹੋਊਗਾ ਸਾਨੂੰ ਸਟ੍ਰੀਮਿੰਗ ਦੇ ਵਿੱਚ ਐਡ ਕਰ ਲਊਗਾ ਤਾਂ ਇਸ ਤਰ੍ਹਾਂ ਨਾਲ ਕਈ ਵਾਰ ਸਾਨੂੰ ਇਸ਼ੂ ਆਂਦਾ ਹੈ ਕਿ ਮਾਈਕ ਤੇ ਕੈਮਰਾ ਬਲੌਕਡ ਆ ਤਾਂ ਤੁਸੀਂ ਉਹਨੂੰ ਕਿਵੇਂ ਅਨਬਲੌਕ ਕਰ ਸਕਦੇ ਹੋ ਉਹ ਇਸ ਵੀਡੀਓ ਵਿੱਚ ਮੈਂ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ ਜੇ ਵਧੀਆ ਲੱਗਿਆ ਹੋਵੇ ਤਾਂ ਵੀਡੀਓ ਨੂੰ ਜਰੂਰ ਲਾਈਕ ਕਰਿਓ ਬਾਕੀ ਜੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਇਸ ਤਰ੍ਹਾਂ ਦੀਆਂ ਹੋਰ ਵੀ ਟੈਕਨੀਕਲ ਵੀਡੀਓਜ਼ ਦੇਖਣਾ ਚਾਹੁੰਦੇ ਆ ਤਾਂ ਤੁਸੀਂ ਚੈਨਲ ਨੂੰ ਵੀ ਸਬਸਕ੍ਰਾਈਬ ਕਰਿਓ ਓਕੇ ਬਾਏ ਸਤਿ ਸ੍ਰੀ ਅਕਾਲ ਜੀ